ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਵਿੱਚ ਕੋਰੋਨਾ ਵਾਇਰਸ ਦੇ ਵੱਡੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਹਰਸਿਮਰਤ ਕੌਰ ਬਾਦਲ ਦੀ ਵਜ੍ਹਾ ਨਾਲ ਹੀ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਫੈਲਿਆ ਜਿਸ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੋੜਵਾਂ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਫਰਜ਼ ਸੀ ਕਿ ਜੋ ਬਾਹਰ ਫਸੇ ਹੋਏ ਨੇ ਉਹਨਾਂ ਨੂੰ ਕੱਢ ਲਿਆਉਣਾ ਚਾਹੀਦਾ ਸੋ ਇਸ ਲਈ ਮੈਂ ਆਪਣੀ ਡਿਊਟੀ ਕੀਤੀ ਹੈ ਜੇਕਰ ਮੈਨੂੰ ਦੁਬਾਰਾ ਅਜਿਹਾ ਕਰਨਾ ਪਿਆ ਤਾਂ ਮੈਂ ਦੁਬਾਰਾ ਵੀ ਕਰਾਂਗੀ ਪਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਅੱਜ ਸਰਕਾਰ ਦੇ ਵੱਲੋਂ ਇੱਕ ਕ੍ਰਿਮੀਨਲ ਵਾਂਗੂ ਪੇਸ਼ ਕੀਤਾ ਜਾ ਰਿਹਾ ਹੈ ਸਗੋਂ ਇਸ ਦੀ ਨਾਕਾਮੀ ਪੰਜਾਬ ਸਰਕਾਰ ਦੀ ਹੈ ਨਾ ਕਿ ਉਹਨਾਂ ਸ਼ਰਧਾਲੂਆਂ ਦੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ ਜੋ ਆਪਣੀਆਂ ਨਾਕਾਮੀਆਂ ਛਪਾਉਣ ਦੇ ਲਈ ਸਿੱਖਾਂ ਨੂੰ ਹੀ ਅਤੇ ਧਾਰਮਿਕ ਤਖਤਾਂ ਨੂੰ ਹੀ ਬਦਨਾਮ ਕਰ ਰਿਹਾ ਹੈ ਕਿਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਆਪਣੀ ਭੜਾਸ ਕੱਢੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਤੁਸੀਂ ਖੁਦ ਹੀ ਦੇਖ ਲਓ ਮੈਨੂੰ ਇਸ ਗੱਲ ਦਾ ਇੰਨਾ ਦੁੱਖ ਹੁੰਦਾ ਹੈ ਕਿ ਅੱਜ ਤੁਸੀਂ ਇੰਨੀ ਵੱਡੀ ਇੱਥੇ ਸੰਗਤ ਖੜੀ ਹੈ ਤੁਹਾਡੇ ਸਾਰਿਆਂ ਦੇ ਘਰ 'ਚ ਬੱਚੇ ਵੀ ਹੋਣਗੇ ਬਜ਼ੁਰਗ ਮਾਪਿਆਂ ਵੀ ਹੋਣਗੇ ਤੁਹਾਡੇ ਮੀਡੀਆ ਵਾਲੇ ਤੁਹਾਡੇ ਸਾਰੇ ਆਪਦੇ ਵੀ ਹੋਣਗੇ ਮੇਰੇ ਵੀ ਹੈਗੇ ਜੇ ਇਸ ਲੋਕਡਾਊਨ ਦੇ ਸਮੇਂ 'ਚ ਤੁਹਾਡੇ ਬਜ਼ੁਰਗ ਕਿਤੇ ਹੋਰ ਜੇ ਉੱਥੇ ਫਸ ਗਏ ਤੁਹਾਡੇ ਬੱਚੇ ਕਿੱਥੇ ਪੜ੍ਹ ਰਹੇ ਨੇ ਉਹ ਉੱਥੇ ਰਹਿ ਗਏ ਕਿ ਰੋਜ਼ ਤੁਹਾਨੂੰ ਫੋਨ ਕਰਕੇ ਕਹਿਣਗੇ ਨਹੀਂ ਸਾਨੂੰ ਘਰੇ ਲਿਆਓ ਕਹਿਣਗੇ ਕਿ ਨਹੀਂ ਕਹਿਣਗੇ ਤੇ ਤੁਸੀਂ ਇਨਸਾਨ ਹੋਣ ਦੇ ਨਾਤੇ ਇੱਕ ਪਿਓ ਹੋਣ ਦੇ ਨਾਤੇ ਇੱਕ ਪੁੱਤ ਹੋਣ ਦੇ ਨਾਤੇ ਤੁਸੀਂ ਆਪਣੇ ਹੱਥ ਪੈਰ ਮਾਰੋਗੇ ਕਿ ਨਹੀਂ ਕਿ ਮੇਰੇ ਮਾਪੇ ਮੇਰੇ ਘਰੇ ਆ ਜਾਣ ਮੇਰਾ ਬੱਚਾ ਘਰੇ ਪਹੁੰਚ ਜਾਏ ਤੁਸੀਂ ਪਹੁੰਚ ਲਗਾਓਗੇ ਕਿ ਨਹੀਂ ਜਿੱਥੇ ਤਾਈਂ ਤੁਹਾਡੀ ਪਹੁੰਚ ਹੈ ਅੱਜ 4000 ਇਹੋ ਜਿਹੇ ਬੰਦਿਆਂ ਦੀ ਗੁਹਾਰ ਦਲੀਲ ਲਗਾਤਾਰ ਮੈਂ ਤੁਹਾਨੂੰ ਵਟਸਐਪ ਦਿਖਾ ਸਕਦੀ ਹਾਂ ਤੁਸੀਂ ਵੀ ਦੇਖੇ ਹੋਣਗੇ ਸੋਸ਼ਲ ਮੀਡੀਆ 'ਚ ਜਿਹੜੇ ਡੇਢ ਡੇਢ ਮਹੀਨੇ ਤੋਂ ਆਪਦਾ ਘਰ ਛੱਡ ਕੇ ਆਪਦੇ ਬੱਚੇ ਛੱਡ ਕੇ ਆਪਦੇ ਬਜ਼ੁਰਗ ਛੱਡ ਕੇ ਜਿਹੜੇ ਉੱਥੇ ਯਾਤਰੀ ਬੈਠੇ ਹੋਏ ਸੀਗੇ ਉਹ ਆਪਣੇ ਘਰ ਪਹੁੰਚਣ ਵਾਸਤੇ ਨਹੀਂ ਲੇਕਿਨ ਜਿਨ੍ਹਾਂ ਦੀ ਸਾਲ ਭਰ ਦੀ 6 ਮਹੀਨੇ ਦੀ ਕਮਾਈ ਇਸ ਕਣਕ ਦੇ ਉੱਤੇ ਨਿਰਭਰ ਹੈ ਫਸਲਾਂ ਤਿਆਰ ਪਈਆਂ ਨੇ ਉਹ ਕੀ ਕਰਦੇ ਕਿ ਸਾਡਾ ਫਰਜ਼ ਨਹੀਂ ਬਣਦਾ ਇਹ ਸਾਰੇ ਮੇਰੇ ਪਰਿਵਾਰ ਨੇ ਇਹ ਮੇਰੀ ਮਾਵਾਂ ਹੈਗੀਆਂ ਮੇਰੇ ਬੱਚੇ ਹੈਗੇ ਮੇਰੇ ਮਾਪੇ ਹੈਗੇ ਮੇਰੇ ਭੈਣ ਭਰਾ ਹੈਗੇ ਮੈਨੂੰ ਮਾਣ ਹੈ ਕਿ ਉਹਨਾਂ ਨੇ ਗੁਹਾਰ ਲਗਾਈ ਤੇ ਉਹਨਾਂ ਨੂੰ ਲਾਣ ਵਾਸਤੇ ਮੈਂ ਦਿੱਲੀ ਤਾਈਂ ਭੱਜ ਕੇ ਗਈ ਉੱਥੇ ਬੈਠ ਕੇ ਫੋਨ ਕਰਾਏ ਜਦੋਂ ਤਾਈਂ ਉਹਨਾਂ ਦੀ ਪਰਮਿਸ਼ਨਸ ਨਹੀਂ ਮਿਲੀਆਂ ਮੈਨੂੰ ਦੁਬਾਰਾ ਕਰਨਾ ਪਊਗਾ ਮੈਂ ਦੁਬਾਰਾ ਵੀ ਕਰਾਂਗੀ ਜਿਹੜੀ ਮੇਰੀ ਲੇਬਰ ਫਸ ਜਾਂਦੀ ਹੈ ਮੈਂ ਤਾਂ ਉਹਨਾਂ ਵਾਸਤੇ ਵੀ ਫੋਨ ਕਰਦੀ ਹਾਂ ਵਿਦੇਸ਼ਾਂ 'ਚ ਬਹਿ ਜਾਓ ਵੀ ਭਾਵੇਂ ਸਾਰੇ ਸਾਡੇ ਆਪਣੇ ਨੇ ਇਹਨਾਂ ਨੂੰ ਵਾਪਸ ਲਾਣਾ ਸੂਬੇ ਦੀ ਸਰਕਾਰਾਂ ਦਾ ਫਰਜ਼ ਬਣਦਾ ਹੈਗਾ ਤੇ ਜੇ ਸੂਬੇ ਦੀ ਸਰਕਾਰਾਂ ਨੂੰ ਪਰਵਾਹ ਨਹੀਂ ਹੈ ਸਾਨੂੰ ਆਪਣੇ ਪਰਿਵਾਰ ਦੀ ਪਰਵਾਹ ਹੈਗੀ ਲੇਕਿਨ ਉਹਨਾਂ ਨੂੰ ਵਾਪਸ ਲਾ ਕੇ ਜਿਹੜੀ ਸੈਟ ਇੱਕ ਪ੍ਰੋਟੋਕਾਲ ਹੈ 3 ਹਫ਼ਤਿਆਂ ਤੋਂ ਆਪਾਂ ਦੇਖ ਰਹੇ 4 ਹਫ਼ਤਿਆਂ 'ਚੋਂ ਕਿ ਲੋਕਾਂ ਨੂੰ ਬਾਰਡਰ 'ਚ ਰੋਕ ਕੇ ਉਹਨਾਂ ਦੀ ਕੁਆਰੰਟੀਨ ਕਰਾਈ ਜਾ ਰਹੀ ਹੈ ਉਹਨਾਂ ਦੀ ਟੈਸਟਿੰਗ ਕਰਾਈ ਜਾ ਰਹੀ ਹੈ ਤੇ ਸਾਡੇ ਕੈਪਟਨ ਸਾਹਿਬ ਵਾਪਸ ਆਉਣ ਵਾਲਿਆਂ ਨੂੰ ਸਿੱਧੇ ਘਰ ਪਹੁੰਚਾ ਰਹੇ ਨੇ ਤੇ ਟਵੀਟ ਕਰ ਰਹੇ ਨੇ ਸਹੀ ਸਲਾਮਤ ਘਰੇ ਪਹੁੰਚਾਤਾ ਕੋਈ ਟੈਸਟਿੰਗ ਨਹੀਂ ਕੀਤੀ ਤੇ ਅੱਜ ਜਦ ਇਹਨਾਂ ਦੀ ਲਾਪਰਵਾਹੀ ਕਰਕੇ ਜਦ ਕੋਰੋਨਾ ਦੇ ਮਰੀਜ਼ ਬਣ ਰਹੇ ਨੇ ਇਹਨਾਂ ਦੀ ਲਾਪਰਵਾਹੀ ਕਿਉਂਕਿ ਟੈਸਟਿੰਗ ਕਰਾਉਣਾ ਇਹਨਾਂ ਦਾ ਕੰਮ ਸੀਗਾ ਜਦ ਨਹੀਂ ਕਰਾਈ ਤਾਂ ਫਿਰ ਬਦਨਾਮ ਉਹਨਾਂ ਵਿਚਾਰਿਆਂ ਨੂੰ ਕਰ ਰਹੇ ਨੇ ਜਿਹੜੇ ਇਸ ਮਰੀਜ਼ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਕ੍ਰਿਮੀਨਲਸ ਦੀ ਤਰ੍ਹਾਂ ਇਹ ਭੇਸ ਪਕੜੀਆਂ ਦੀ ਤਰ੍ਹਾਂ ਇਹਨਾਂ ਨੂੰ ਇੱਥੇ ਸਿੱਟ ਰਹੇ ਨੇ ਕਿ ਇਹਨਾਂ ਤੋਂ ਨਹੀਂ ਸਾਂਭਿਆ ਜਾਂਦਾ 3 ਕਰੋੜ ਦੀ ਆਬਾਦੀ ਜੇ 3500 ਬੰਦਿਆਂ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਹੈ ਸਾਡੇ ਹਵਾਲੇ ਕਰ ਦਿਓ ਆਪਦੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਅਸੀਂ ਸਾਂਭ ਲਾਂਗੇ ਰੋਟੀ ਪਾਣੀ ਵੀ ਦੇਵਾਂਗੇ ਰਹਿਣ ਸਹਿਣ ਵਾਸਤੇ ਵੀ ਦੇਵਾਂ ਤੇ ਇਲਾਜ ਵੀ ਕਰ ਲਾਂਗੇ ਸਿੱਧੇ ਸਿੱਧੇ ਪੰਜਾਬ ਸਰਕਾਰ ਦੀ ਨਲੈਕੀ ਉਹਨਾਂ ਦਾ ਫੇਲੀਅਰ ਜਿਹਦੇ ਕਰਕੇ ਅੱਜ ਦੇਸ਼ ਦੀ ਐਵਰੇਜ ਤੋਂ ਵੱਧ ਮੌਤਾਂ ਪੰਜਾਬ 'ਚ ਹੋ ਰਹੀ ਹੈ ਗਵਾਂਢ ਦੇ ਸੂਬੇ 'ਚ 1% ਤੇ ਪੰਜਾਬ 'ਚ 6% ਕਿਉਂ ਹੈਗੀ ਸੋ ਬਿਲਕੁਲ ਫੇਲੀਅਰ ਹਰ ਪੱਖੋਂ ਫੇਲੀਅਰ ਤੇ ਫੇਲੀਅਰ ਦਾ ਕਾਰਨ ਆਹੀ ਹੈ ਕਿ ਨਿਕੰਮਾ ਮੁੱਖ ਮੰਤਰੀ ਨੂੰ ਬਿਲਕੁਲ ਪਰਵਾਹ ਨਹੀਂ ਹੈਗੀ ਆਪ ਚੈਨਲ 'ਚ ਕਹਿ ਰਹੇ ਅੱਧਾ ਦਿਨ ਮੈਂ ਟੀਵੀ ਦੇਖਦਾ ਟੀਵੀ ਦੇਖਣ ਦੇ ਬਜਾਏ ਜੇ ਇਸ ਤਰ੍ਹਾਂ ਜੇ ਮੈਂ ਲੋਕਾਂ ਦੇ ਵਿੱਚ ਆ ਸਕਦੀ ਹਾਂ ਤਾਂ ਕੈਪਟਨ ਸਾਹਿਬ ਨੂੰ ਕੌਣ ਰੋਕਦਾ ਆਉਣ ਤੋਂ ਉਹਨਾਂ ਨੇ ਤਾਂ ਉਹ ਵੀ 4 ਘੇਰੇ ਲਗਾ ਕੇ ਪੁਲਿਸ ਵਾਲਿਆਂ ਤੋਂ ਦੂਰੋਂ ਦੂਰੋਂ ਗੱਲ ਕਰਨੀ ਉਹਨਾਂ ਨੂੰ ਕਿਹੜੀ ਬਿਮਾਰੀ ਫੜ ਲੂਗੀ ਅੱਜ ਕਿਹੜਾ ਮੰਤਰੀ ਆ ਰਿਹਾ ਲੋਕਾਂ ਦੇ ਵਿੱਚ ਮੰਡੀਆਂ 'ਚ ਜਾ ਕੇ ਦੇਖਣ ਉਹ ਆਈਸੋਲੇਸ਼ਨ ਸੈਂਟਰ 'ਤੇ ਜਾ ਕੇ ਭੈਣ ਭਰਾਵਾਂ ਨਾਲ ਗੱਲ ਕਰੀਏ ਤੁਸੀਂ ਇੱਕ ਪਾਸੇ ਸਾਡੇ ਭੈਣ ਭਰਾਵਾਂ ਨੂੰ ਬਦਨਾਮ ਕਰ ਰਹੇ ਹੋ ਤਾਂ ਇਸ ਤੋਂ ਵੀ ਸ਼ਰਮ ਦੀ ਗੱਲ ਕਿ ਦੇਸ਼ ਭਰ 'ਚ ਜਿੱਥੇ ਦੁਨੀਆਂ ਭਰ 'ਚ ਸਿੱਖਾਂ ਦੀ ਸ਼ਲਾਘਾ ਹੋ ਰਹੀ ਹੈ ਕਿ ਕਿਵੇਂ ਲੰਗਰ ਚਲਾਏ ਉੱਥੇ ਤੁਸੀਂ ਹਜ਼ੂਰ ਸਾਹਿਬ ਵਾਲੇ ਪਾਵਨ ਸਥਾਨ ਸਾਡੇ ਗੁਰੂ ਧਾਮਾਂ ਨੂੰ ਵੀ ਤੁਸੀਂ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਮਹਾਰਾਸ਼ਟਰ ਦੀ ਸਰਕਾਰ ਵੀ ਤੁਹਾਡੇ ਬਾਰੇ ਗੱਲ ਕਰ ਰਹੀ ਹੈ ਤੇ ਹਰ ਸਿੱਖ ਦੇ ਦਿਲ ਨੂੰ ਠੇਸ ਪਹੁੰਚੀ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਸ਼ਰਧਾਲੂਆਂ ਨੂੰ ਤੇ ਸਾਡੇ ਗੁਰੂ ਧਾਮਾਂ ਨੂੰ ਬਦਨਾਮ ਕਰਨ ਦੇ ਆਪਣੀ ਨਲੈਕੀ ਲੁਕਾਉਣ ਵਾਸਤੇ ਕੰਮ ਕਰ ਰਿਹਾ ਬੜੀ ਸ਼ਰਮ ਦੀ ਗੱਲ